ਕਿ ਕ੍ਰਿਕਟ ਦੀ ਬਾਉਂਡਰੀ ਛੋਟੀਆਂ ਹੋ ਰਹੀਆਂ ਨੇ ਤੇ ਪਾਕਿਸਤਾਨ ਔਰ ਭਾਰਤ ਦੇ ਦਰਮਿਆਨ ਜਿਹੜੀ ਕਸ਼ੀਦਗੀ ਦੀ ਬਾਉਂਡਰੀਸ ਨੇ ਉਹ ਹਜ਼ਾਰੋਂ ਮੀਲ ਤੇ ਫੈਲ ਗਈਆਂ ਨੇ। ਅਸਲਾਮ ਵਾਲੇਕੁਮ ਦੋਸਤੋ, ਆਪਕਾ ਮੇਰੇ ਤਾਬੀ ਹਾਜ਼ਰ ਹੈ ਔਰ ਰਾਤ ਨੂੰ ਮੈਂ 1:30 ਵਜੇ ਬ੍ਰੇਕਿੰਗ ਨਿਊਜ਼ ਦਿੱਤੀ ਵਿਦ ਨੋਟੀਫਿਕੇਸ਼ਨਸ ਕੇ ਹਾਲੇ ਪੀਸੀਬੀ ਵਿੱਚ ਚੇਅਰਮੈਨ ਦਾ ਇੰਤਖਾਬ 17 ਜੁਲਾਈ ਤੱਕ ਅੱਗੇ ਚਲਾ ਗਿਆ। ਟੌਪਿਕ ਨਹੀਂ, ਭਾਰਤ ਨੇ ਆਈਸੀਸੀ ਵਰਲਡ ਕੱਪ ਦਾ, ਮੈਂ ਲਫ਼ਜ਼ ਭਾਰਤ ਇਸਤੇਮਾਲ ਕਰ ਰਿਹਾ, ਆਈਸੀਸੀ ਨਹੀਂ ਕਰ ਰਿਹਾ, ਭਾਰਤ ਨੇ ਵਰਲਡ ਕੱਪ ਦਾ ਸ਼ਡਿਊਲ ਅਨਾਊਂਸ ਕਰ ਦਿੱਤਾ ਜੀ। ਔਰ ਉਹਨਾਂ ਦੀ ਜਿਹੜੀ ਖਲਾਈ ਟਰਾਫੀ ਹੈ, ਜਿਹੜੀ ਖਲਾ ਚੋਂ ਵੀ ਹੋ ਕੇ ਆਈ ਹੈ, ਉਹ ਪਾਕਿਸਤਾਨ ਆ ਰਹੀ ਹੈ ਔਰ ਪਾਕਿਸਤਾਨ ਦੇ ਅਕਸਰ ਮੈਚ ਜਿਹੜੇ ਨੇ ਉਹ ਉੱਥੇ ਰੱਖੇ ਗਏ ਨੇ ਜਿੱਥੇ ਪਾਕਿਸਤਾਨ ਨੇ, ਔਰ ਪਾਕਿਸਤਾਨ ਦੇ ਸਾਰੇ ਮੈਚ ਉੱਥੇ ਰੱਖੇ ਗਏ ਨੇ, ਅਕਸਰ ਮੈਚ ਉੱਥੇ ਰੱਖੇ ਗਏ ਨੇ ਅਹਿਮਦਾਬਾਦ ਚ, ਜਿਸ ਤੇ ਪਾਕਿਸਤਾਨ ਨੇ ਰਿਜ਼ਰਵੇਸ਼ਨ ਦਾ ਇਜ਼ਹਾਰ ਕੀਤਾ ਸੀ। ਲਿਹਾਜ਼ਾ ਟਰਾਫੀ ਭੇਜਣ ਦੀ ਵੀ ਕਿਹੜੀ ਲੋੜ ਸੀ, ਆਖਾਂ ਮਾਂ ਨੂੰ ਸੁਨਾਵਾਂ ਬੇਗਮ ਨੂੰ ਤੇ ਟਰਾਫੀ ਵੀ ਕੋਲ ਹੀ ਰੱਖਦੇ। ਹੁਣ ਪਤਾ ਨਹੀਂ ਪਾਕਿਸਤਾਨ ਗਵਰਨਮੈਂਟ ਜਿਹੜੀ ਮੌਜੂਦਾ ਸਿਆਸੀ ਸੂਰਤ ਹਾਲ ਬਣੀ ਹੋਈ ਹੈ, ਉਸ ਤੋਂ ਬਾਅਦ ਟਰਾਫੀ ਨੂੰ ਵੀ ਪਾਕਿਸਤਾਨ ਦੀ ਇਜਾਜ਼ਤ ਦਿੰਦੀ ਹੈ ਕਿ ਨਹੀਂ, ਕਿਉਂਕਿ ਖਲਾਜ ਹੋ ਕੇ ਆਈ ਹੈ, ਕੀ ਪਤਾ ਉਹਦੇ ਵਿੱਚ ਕੀ ਫਿੱਟ ਹੈ। ਤੇ ਪਤਾ ਲੱਗਾ ਜੀ ਸਾਡੀ ਜਸੂਸੀ ਕਰਕੇ ਟਰਾਫੀ ਜਿਹੜੀ ਉਹ ਵਾਪਸ ਟੁੱਟ ਗਈ ਹੈ। ਲਿਹਾਜ਼ਾ ਮੇਰਾ ਨਹੀਂ ਖਿਆਲ ਕਿ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਇਸ ਟਰਾਫੀ ਨੂੰ, ਅਗਰ ਭਾਰਤ ਨੇ ਪਾਕਿਸਤਾਨ ਆ ਕੇ ਏਸ਼ੀਆ ਕੱਪ ਨਹੀਂ ਖੇਡਣਾ ਚਾਹੁੰਦਾ ਜਾਂ ਕਿਸੇ ਵੀ ਕਿਸਮ ਦੀ ਟਰਾਫੀ ਕ੍ਰਿਕਟ ਨਹੀਂ ਖੇਡਣਾ ਚਾਹੁੰਦਾ, ਤੇ ਬਿਹਤਰ ਹੈ ਕਿ ਟਰਾਫੀ ਵੀ ਕੋਲ ਰੱਖੇ। ਔਰ ਭਾਰਤੀ ਹਕੂਮਤ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਹੈ ਬੜੇ ਸਿਆਣੇ ਜਨਾਬ, ਉਹਨਾਂ ਟਰਾਫੀ ਦੇ ਵਿੱਚ ਤੁਸੀਂ ਵੇਖ ਰਹੇ ਹੋਵੋਗੇ ਕਿ ਸਰੀਰ ਦਾ ਨਿਸ਼ਾਨ ਵੀ ਰੱਖਿਆ, ਤਾਂ ਕਿ ਸਮਝ ਜਾਓ ਨਾ ਆਲਮੀ ਬਰਾਦਰੀ ਵੀ ਖੁਸ਼ ਹੋ ਜਾਏ। ਤਾਂ ਦੇ ਭਾਰਤ ਦੇ 5 ਮੁਖਤਲਿਫ ਸ਼ਹਿਰਾਂ 'ਚ ਮੈਚ ਰੱਖੇ ਗਏ ਨੇ ਔਰ ਉਹਨਾਂ ਦੀ ਤਰਤੀਬ ਕੁਝ ਇਸ ਤਰ੍ਹਾਂ ਕਿ 16 ਅਕਤੂਬਰ ਨੂੰ ਪਾਕਿਸਤਾਨ ਬਾਮੁਕਾਬਲਾ ਕੁਆਲੀਫਾਇਰ 1, 12 ਅਕਤੂਬਰ ਨੂੰ ਪਾਕਿਸਤਾਨ ਬਾਮੁਕਾਬਲਾ ਕੁਆਲੀਫਾਇਰ 2, 15 ਅਕਤੂਬਰ ਜੀ 15 ਅਕਤੂਬਰ ਪਾਕਿਸਤਾਨ ਬਾਮੁਕਾਬਲਾ ਭਾਰਤ, ਅਸੀਂ ਜਾਵਾਂਗੇ ਤਾਂ ਖੇਡੋਗੇ ਨਾ, ਤੇ 20 ਅਕਤੂਬਰ ਪਾਕਿਸਤਾਨ ਬਾਮੁਕਾਬਲਾ ਆਸਟ੍ਰੇਲੀਆ, 27 ਅਕਤੂਬਰ ਪਾਕਿਸਤਾਨ ਬਾਮੁਕਾਬਲਾ ਜਨੂਬੀ ਅਫਰੀਕਾ ਔਰ 31 ਅਕਤੂਬਰ ਪਾਕਿਸਤਾਨ ਬਾਮੁਕਾਬਲਾ ਬੰਗਲਾਦੇਸ਼, 12 ਨਵੰਬਰ ਪਾਕਿਸਤਾਨ ਬਾਮੁਕਾਬਲਾ ਇੰਗਲੈਂਡ। ਪਾਕਿਸਤਾਨ ਕ੍ਰਿਕਟ ਬੋਰਡ ਨੇ ਹਾਈਬ੍ਰਿਡ ਮਾਡਲ ਆਉਂਦੇ ਸਕਾਸ਼ ਜਿਹੜੇ ਅਨਾਊਂਸ ਹੋਏ ਸਨ, ਵਜ਼ੀਰ ਆਜ਼ਮ ਨੂੰ ਚੇਅਰਮੈਨ ਪੀਸੀਬੀ ਉਹਨਾਂ ਅਨਾਊਂਸ ਕੀਤਾ ਕਿ ਅਸੀਂ ਹਾਈਬ੍ਰਿਡ ਮਾਡਲ ਨੂੰ ਯਕਸਰ ਨਜ਼ਰਅੰਦਾਜ਼ ਕਰਨੇ ਆ, ਮੁਸਤਰਦ ਕਰਨੇ ਆ, ਮਗਰ ਸ਼ਾਇਦ ਇਹ ਉਹਨਾਂ ਬਿਆਨ ਆਪਣੇ ਤੌਰ ਤੇ ਦਿੱਤਾ, ਉਹਨਾਂ ਦੀ ਜਿਹੜੀ ਹਾਈ ਕਮਾਨ ਉਹਨਾਂ ਨੂੰ ਸ਼ਾਇਦ ਇਹ ਜਿਹੜਾ ਉਹਨਾਂ ਦਾ ਬਿਆਨ ਪਸੰਦ ਨਹੀਂ ਆਇਆ, ਕਿਉਂਕਿ ਪਾਕਿਸਤਾਨ ਦੀ ਸਿਆਸਤ ਵਿੱਚ ਅੱਜ ਕੱਲ੍ਹ ਬੜੀ ਗਰਮਾ ਗਰਮੀ ਹੈ ਔਰ ਹੋ ਸਕਦਾ ਹੈ ਕਿ ਪੀਪਲਸ ਪਾਰਟੀ ਦੇ ਪ੍ਰਧਾਨ ਮੰਤਰੀ ਹੋਰਾਂ ਨੇ ਕਿਹਾ ਹੋਵੇ ਕਿ ਸਾਡੀ ਤਾਂ ਸਾਰੀ ਖੇਡ ਹੀ ਏਸ਼ੀਆ ਕੱਪ ਤੇ, ਆਪਣਾ ਜਿਹੜਾ ਮੌਕਫ ਹੈ ਚੋ ਸਾਹਿਬ ਨੂੰ ਜ਼ਰਾ ਤਬਦੀਲ ਕਰੋ, ਤੇ ਉਹਨਾਂ ਅਗਲੇ ਹੀ ਦਿਨ ਆਪਣਾ ਮੌਕਫ ਚੇਂਜ ਕੀਤਾ, ਮਗਰ ਹਨੂਜ਼ ਦਿੱਲੀ ਦੂਰਸਤ ਹਾਲੇ ਤੇ ਇਲੈਕਸ਼ਨ ਹੋਣਾ ਬਾਕੀ ਨੇ। ਵੇਖੋ ਬੰਦਾ ਕੀ ਇਸ ਪਾਕਿਸਤਾਨ ਦੀ ਮੈਨੂੰ ਸਮਝ ਨਹੀਂ ਆਉਂਦੀ ਕਿ ਇੱਥੇ ਕਿਸੇ ਵੀ ਟਾਈਮ ਕੁਝ ਵੀ ਹੋ ਸਕਦਾ ਹੈ। ਤੇ ਜਨਾਬ ਇਸ ਵਕਤ ਸਾਡੇ ਜਿਹੜੇ ਸਿਆਸੀ ਵ ਅਸਕਰੀ ਅਦਾਰੇ ਨੇ ਜਿਹੜੇ ਬਿਆਨਾਤ ਦੇ ਰਹੇ ਨੇ ਉਹਨਾਂ ਦੀ ਰੋਸ਼ਨੀ ਚ ਮੈਂ ਆਫਤਾਬ ਅਹਿਮਦਾ ਵੀ ਇਹ ਦਾਅਵਾ ਕਰ ਸਕਦਾ ਹੈ ਕਿ ਪਾਕਿਸਤਾਨ ਭਾਰਤ ਨਹੀਂ ਜਾਏਗਾ ਔਰ ਭਾਰਤ ਨੂੰ ਵੀ ਹਾਈਬ੍ਰਿਡ ਮਾਡਲ ਦੇ ਤਹਿਤ ਕਿਸੇ ਦੂਸਰੇ ਮੁਲਕ ਚ ਖੇਡਣਾ ਪਏਗਾ, ਕਿਉਂਕਿ ਭਾਰਤ ਜਿਹੜਾ ਹੈ ਉਹ ਮੁਤਹਿਦਾ ਅਰਬ ਅਮਾਰਾਤ ਨੂੰ ਵੀ ਨਾਰਾਜ਼ ਕਰ ਚੁੱਕਿਆ ਕਿ ਕਿਉਂਕਿ UAE ਕ੍ਰਿਕਟ ਦੇ ਪ੍ਰਧਾਨ ਜਿਹੜੇ ਨੇ ਉਹ ਖੁਦ ਜਾ ਕੇ ਜੇਸ਼ਾ ਨੂੰ ਮਿਲੇ ਸਨ ਕਿ ਅਸੀਂ ਕਿ ਸਾਨੂੰ ਮੌਕਾ ਦਿਓ, ਅਸੀਂ ਏਸ਼ੀਆ ਕੱਪ ਕਰਾਉਂਦੇ ਹਾਂ, ਮਗਰ ਉਹਨਾਂ ਕਿਹਾ ਨਹੀਂ ਅਸੀਂ ਸ਼੍ਰੀਲੰਕਾ ਚ ਹੀ ਕਰਾਵਾਂਗੇ।
ਤੇ ਤੁਹਾਨੂੰ ਪਤਾ ਹੈ ਕਿ ਅਗਰ ਅਰਬ ਮਮਾਲਿਕ ਕਿਸੇ ਨਾਲ ਨਾਰਾਜ਼ ਹੋ ਜਾਣ, ਖਸੂਸਨ ਏਸ਼ੀਅਨ ਮੁਲਕ ਨਾਲ, ਤੇ ਲੱਖਾਂ ਤੇ ਕਰੋੜਾਂ ਬੰਦਿਆਂ ਦਾ ਰੁਜ਼ਗਾਰ ਆ ਪਿਆ ਜੇ। ਤੇ ਜਿਹੜਾ ਭਾਰਤ ਨੇ ਖਲਾ ਚ ਭੇਜੀ, ਖਲਾ ਚ ਅਹਿਮਦਾਬਾਦ ਆਈ, ਇੱਕ ਹੋਰ ਸਵਾਲ ਮੇਰੇ ਜ਼ਿਹਨ ਚ ਆਉਂਦਾ ਹੈ ਜਿਹੜਾ ਕਿ ਬੜਾ ਜ਼ਰੂਰੀ ਹੈ, ਔਰ ਹਰ ਭਾਰਤੀ, ਚਾਹੇ ਉਹ ਪੰਜਾਬੀ ਹੈ, ਮੁਸਲਿਮ ਹੈ, ਵਟ ਐਵਰ ਹੀ ਇਜ਼, ਉਹ ਇਹ ਗੱਲ ਨੂੰ ਮੰਨੇਗਾ ਕਿ ਸ਼ਹਿਰ ਅਹਿਮਦਾਬਾਦ ਔਰ ਸਾਬਿਕ ਸਦਰ ਜਿਹੜੇ ਭਾਰਤ ਦੇ ਨੇ, ਉਹ ਨੋਬਲ ਇਨਾਮ ਯਾਫਤਾ ਨੇ, ਕਿਆ ਉਹਨਾਂ ਦੇ ਨਾਮ ਤੇ ਇਹ ਸਟੇਡੀਅਮ ਨਹੀਂ ਸੀ ਰੱਖਿਆ ਜਾ? ਭਾਰਤ ਵਿੱਚ ਹੋਰ ਬਹੁਤ ਸਾਰੇ ਸ਼ਹਿਰ ਨੇ, ਉਹਨਾਂ ਦਾ ਨਾਮ ਜਿਹੜਾ ਹੈ ਉਹ ਤੁਸੀਂ ਨਰਿੰਦਰ ਮੋਦੀ ਹੋਰ ਦੇ ਨਾਮ ਤੇ ਰੱਖ ਲਓ। ਜ਼ਰੂਰੀ ਹੈ ਕਿ ਜਿੱਥੇ ਮੁਸਲਮਾਨ ਇੰਤਹਾਈ ਅਕਸਰੀਅਤ ਨੇ, ਉੱਥੇ ਉਹਨਾਂ ਨੂੰ ਸੂਈਆਂ ਚੁਬੋਈਆਂ ਜਾਣ। ਮੈਂ ਇਸ ਗੱਲ ਤੇ ਵੀ ਨੁਕਤਾ ਇਤਰਾਜ਼ ਜਿਹੜਾ ਹੈ ਆਪਣਾ ਪੇਸ਼ ਕਰਾਂਗਾ। ਟਰਾਫੀ ਜਿਹੜੀ ਹੈ ਜੀ, ਪਾਕਿਸਤਾਨ ਆ ਰਹੀ ਹੈ ਔਰ ਆ ਵੀ ਰਹੀ ਹੈ 31 ਜੁਲਾਈ ਤੋਂ 4 ਅਗਸਤ, ਤੇ ਜਿਹੜੇ ਟਰਾਫੀ ਲੈ ਕੇ ਆਉਣਗੇ ਉਹ ਭਾਰਤੀ ਨਹੀਂ ਹੋਣਗੇ, ਕਿਆ ਉਹ ਵੀ ਖਲਾ ਤੋਂ ਕੋਈ ਮਖਲੂਕ ਮੰਗਾਈ ਜਾਏਗੀ? ਤੇ ਜਨਾਬ ਅਰਜ਼ ਇਹ ਦੇ ਕਿ ਤੁਸੀਂ ਟਰਾਫੀ ਵੀ ਕੋਲ ਰੱਖੋ, ਤੁਸੀਂ ਟਰਾਫੀ ਨਾ ਭੇਜੋ। ਔਰ ਹਕੂਮਤ ਪਾਕਿਸਤਾਨ ਨੂੰ ਵੀ ਚਾਹੀਦਾ ਕਿ ਅਗਰ ਭਾਰਤ ਪਾਕਿਸਤਾਨ ਆ ਕੇ, ਸਾਨੂੰ ਇਹ ਕਹਿਣਾ ਚਾਹੀਦਾ ਕਿ ਟਰਾਫੀ ਵੀ ਕੋਲ ਰੱਖੋ, ਸਾਨੂੰ ਕੋਈ ਨਹੀਂ ਲੋੜ ਇਹਦੀ ਟਰਾਫੀ ਦੀ। ਅੱਧਾ ਵੇ ਮੈਂ ਤਾਬੀ ਨੂੰ ਦਿਓ ਜੀ ਇਜਾਜ਼ਤ, ਤੇ ਇਨਸ਼ਾਅੱਲਾ ਵੱਡੀ ਬ੍ਰੇਕਿੰਗ ਨਿਊਜ਼ ਨਾਲ 5 ਤੋਂ 6 ਵਜੇ ਦੇ ਦਰਮਿਆਨ ਦੁਬਾਰਾ ਪੇਸ਼ ਹੋਵਾਂਗਾ। ਉਦੋਂ ਤੱਕ ਇਜਾਜ਼ਤ ਦਿਓ ਆਫਤਾਬ ਅਹਿਮਦ ਤਾਬੀ ਨੂੰ, ਆਪਣੇ ਤੇ ਆਪਣੇ ਯਾਰਾਂ ਦਾ ਤੇ ਔਰ ਤਾਬੇਦਾਰਾਂ ਦਾ ਖਿਆਲ ਰੱਖਿਆ ਕਰੋ, ਔਰ ਜਿਹੜੇ ਲੋਕ ਨਫ਼ਰਤਾਂ ਕਦੂਰਤਾਂ ਆਪਣੇ ਦਿਲ ਚ ਪਾਲੇ ਹੋਏ ਨੇ, ਉਹਨਾਂ ਨੂੰ ਸਮਝਾਓ ਕਿ ਇਹ ਰਾਜ ਜਿਹੜਾ ਹੈ ਠੀਕ ਨਹੀਂ। ਮੈਂ ਕੱਲ ਵੀ ਕਿਹਾ ਸੀ ਕਿ ਕ੍ਰਿਕਟ ਦੀ ਬਾਉਂਡਰੀ ਛੋਟੀਆਂ ਹੋ ਰਹੀਆਂ ਨੇ, ਤੇ ਪਾਕਿਸਤਾਨ ਔਰ ਭਾਰਤ ਦੇ ਦਰਮਿਆਨ ਜਿਹੜੀ ਕਸ਼ੀਦਗੀ ਦੀ ਬਾਉਂਡਰੀਜ ਨੇ ਉਹ ਹਜ਼ਾਰੋਂ ਮੀਲ ਤੇ ਫੈਲ ਗਈਆਂ ਨੇ। ਆਫਤਾਬ ਅਹਿਮਦ ਤਾਬੀ ਨੂੰ ਦਿਓ ਜੀ ਇਜਾਜ਼ਤ, ਤੇ ਅੱਲਾ ਸੁਣ ਦੇ ਹਵਾਲੇ, ਤੇ ਖੁਸ਼ ਰਹੋ ਤੇ ਖੁਸ਼ ਰੱਖਿਆ। ਥੈਂਕ ਯੂ।